ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ। ਸਟੂਡੈਂਟਸ ਕਿਉਂ ਆਖਿਰ ਇਹ ਸੋਚਦੇ ਨੇ ਕਿ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੈਣਾ ਬਹੁਤ ਜ਼ਿਆਦਾ ਟਫ ਹੈ, ਹਾਲਾਂਕਿ ਸਹੀ ਪ੍ਰੋਸੈਸ ਵਾਈਜ਼ ਚੱਲਿਆ ਜਾਏ ਤਾਂ ਸਟੂਡੈਂਟਸ ਦਾ ਵੈਲਕਮ ਕਰ ਰਿਹਾ ਆਸਟ੍ਰੇਲੀਆ। ਔਰ ਸਟੱਡੀ ਵੀਜ਼ਾ ਇਸੇ ਲਈ ਬਣਾਈ ਗਈ ਹੁੰਦੀ ਹੈ ਆਪਸ਼ਨ ਕਿ ਸਟੂਡੈਂਟ ਆਵੇ ਉੱਥੇ ਪੜ੍ਹੇ, ਸੈਟਲ ਹੋਵੇ ਅਤੇ ਆਸਟ੍ਰੇਲੀਆ ਉੱਥੇ ਦੀ ਕੰਟਰੀ ਲਈ ਵੀ ਚੰਗੇ ਕੰਮ ਜ਼ਰੂਰ ਕਰ ਸਕੇ। ਸੋ ਇੱਥੇ ਕੀ ਹੁੰਦਾ ਕਿ ਸਟੂਡੈਂਟ ਜੋ ਹੈ ਉਸ ਕੋਲ ਪੂਰੀ ਜਾਣਕਾਰੀ ਅਕਸਰ ਕਈ ਵਾਰ ਨਹੀਂ ਹੁੰਦੀ ਹੈ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਦੇ ਹੋਏ ਅੱਗੇ ਵਧੋ। ਅੱਜ ਜਦੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਤਾਂ ਕਿਹੜੀਆਂ ਗੱਲਾਂ ਖਾਸ ਨੇ, ਹਾਲਾਂਕਿ ਜਿਵੇਂ ਲਗਾਤਾਰ ਕੁਝ ਕੰਟਰੀਜ਼ ਦੇ ਅਪਡੇਟਸ ਆਉਂਦੇ ਜਾ ਰਹੇ ਨੇ, ਆਸਟ੍ਰੇਲੀਆ ਨੂੰ ਲੈ ਕੇ ਵੀ ਕੁਝ ਅਪਡੇਟਸ, ਉਸ ਤੋਂ ਬਾਅਦ ਸਟੂਡੈਂਟ ਦੇ ਮਨ ਵਿੱਚ ਇੱਕ ਵੱਡਾ ਕੁਐਸਚਨ ਮਾਰਕ ਹੈ ਕਿ ਅਸੀਂ ਅਪਲਾਈ ਕਰੀਏ ਆਸਟ੍ਰੇਲੀਆ ਜਾਂ ਨਾ ਕਰੀਏ। ਅਗਰ ਅਪਲਾਈ ਕਰਾਂਗੇ ਤਾਂ ਇਸਦਾ ਪੂਰਾ ਪ੍ਰੋਸੈਸ ਬਹੁਤ ਜ਼ਿਆਦਾ ਟਫ ਤਾਂ ਨਹੀਂ ਹੈ, ਕਿਤੇ ਸਾਡੀ ਰਿਫਿਊਜ਼ਲ ਤਾਂ ਨਹੀਂ ਆ ਜਾਏਗੀ, ਰਿਫਿਊਜ਼ਲ ਨਹੀਂ ਆਏਗੀ ਜੇਕਰ ਤੁਸੀਂ ਸਹੀ ਸਲਾਹ ਦੇ ਨਾਲ ਔਰ ਸਹੀ ਪ੍ਰੋਸੈਸ ਦੇ ਨਾਲ ਅੱਗੇ ਵਧੋਗੇ। ਅਤੇ ਅੱਜ ਅਸੀਂ ਤੁਹਾਨੂੰ ਉਹੀ ਸਹੀ ਪ੍ਰੋਸੈਸ ਦੱਸਾਂਗੇ ਤਾਂ ਕਿ ਜਿਹੜੇ ਸਟੂਡੈਂਟ ਮਨ ਬਣਾ ਰਹੇ ਨੇ ਔਰ ਰੀਸੈਂਟ ਪਾਸ ਆਊਟ ਸਟੂਡੈਂਟ ਜਿਹੜੇ ਹੁਣ ਪਲੱਸ ਟੂ ਵੀ ਕਰ ਰਹੇ ਨੇ, ਅੱਗੋਂ ਅਪਲਾਈ ਕਰਨ ਬਾਰੇ ਸੋਚ ਰਹੇ ਨੇ, ਉਹਨਾਂ ਲਈ ਤਾਂ ਵੀਡੀਓ ਬਹੁਤ ਖਾਸ ਰਹਿਣ ਵਾਲੀ ਹੈ ਕਿਉਂਕਿ ਇਸੇ ਦੇ ਆਧਾਰ 'ਤੇ ਤੁਸੀਂ ਅਪਲਾਈ ਅਗਰ ਕਰਦੇ ਹੋ ਤਾਂ ਤੁਹਾਨੂੰ ਵੀਜ਼ਾ ਜ਼ਰੂਰ ਮਿਲੇਗਾ ਹੀ। ਅਤੇ ਇਹ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਨੈਵੀਗੇਟਰਸ ਓਵਰਸੀਜ਼ ਔਰ ਵੀਨਾ ਗੋਇਲ ਮੈਮ ਜਿਨ੍ਹਾਂ ਦਾ ਕਿ 27-28 ਸਾਲਾਂ ਦਾ ਐਕਸਪੀਰੀਅੰਸ ਹੈ ਇਸ ਫੀਲਡ ਵਿੱਚ, 13 ਸਟੂਡੈਂਟਸ ਨੂੰ ਗਾਈਡ ਕਰ ਚੁੱਕੇ ਨੇ, ਉਹਨਾਂ ਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਉਹਨਾਂ ਨੂੰ ਆਪਸ਼ਨ ਸੁਜੈਸਟ ਕਰਦੇ ਨੇ ਅਤੇ ਸਟੂਡੈਂਟ ਵੀ ਅੱਗੋ ਜੋ ਹੈ ਆਪਣੇ ਫਿਊਚਰ ਨੂੰ ਸਿਕਿਓਰ ਕਰ ਪਾਉਂਦਾ ਹੈ। ਸੋ ਮੈਮ ਅੱਜ ਜਦੋਂ ਆਪਾਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ, ਪਹਿਲਾਂ ਤਾਂ ਇਹ ਦੱਸੋ ਕਿੰਨਾ ਕੁ ਟਫ ਮੰਨਿਆ ਜਾਏ ਅੱਜ ਦੇ ਟਾਈਮ ਵਿੱਚ ਆਸਟ੍ਰੇਲੀਆ ਸਟੱਡੀ ਵੀਜ਼ਾ, ਈਜ਼ੀ ਹੈ? ਅਗਰ ਈਜ਼ੀ ਹੈ ਤਾਂ ਕਿਹੜੀ ਪ੍ਰੋਫਾਈਲਸ ਲਈ ਈਜ਼ੀ ਹੈ? ਹਰਜੋਤ, ਆਸਟ੍ਰੇਲੀਆ ਸਟੱਡੀ ਵੀਜ਼ਾ ਬਿਲਕੁਲ ਈਜ਼ੀ ਨਹੀਂ ਹੈ ਜੀ। ਇਸ ਕਰਕੇ ਮੈਂ ਬਿਲਕੁਲ ਇਹ ਕਹੂੰਗੀ ਅੱਛੇ ਪ੍ਰੋਗਰਾਮ ਵਾਲੇ ਬੱਚੇ ਹੀ ਅਪਲਾਈ ਕਰਨ। ਬਾਕੀ ਸਟੂਡੈਂਟ ਹੋਸਪਿਟੈਲਿਟੀ ਟੂਰਿਜ਼ਮ ਦੇ ਵੀ ਸਾਡੇ ਕੋਲ ਕੋਰਸਿਸ ਹੈ ਅਤੇ ਉਹ ਵੀ ਅਪਲਾਈ ਕਰ ਸਕਦੇ ਆ, ਬਟ ITR ਤੁਹਾਡੀ ਅੱਛੀ ਹੋਣੀ ਚਾਹੀਦੀ ਹੈ ਔਰ ਤੁਹਾਡੇ ਫੰਡਸ ਠੀਕ ਹੋਣੇ ਚਾਹੀਦੇ ਆ, ਠੀਕ ਹੈ। ਆਇਲਸ ਤੁਹਾਡਾ 6 band ਈਚ ਮਿਨੀਮਮ ਹੋਣਾ ਚਾਹੀਦਾ, ਜਿਹੜਾ ਕਿ ਹੁਣ ਨਵੇਂ ਜਦ GST ਅਪਲਾਈ ਹੋਇਆ ਉਹਦੇ ਵਿੱਚ ਇਹ ਚੀਜ਼ਾਂ ਹੈ ਕਿ ਹਾਫ ਬੈਂਡ ਇਹਨਾਂ ਨੇ ਇਨਕਰੀਜ਼ ਕਰਤਾ। ਜੇ ਤੁਹਾਡੇ ਡਾਕੂਮੈਂਟਸ ਅੱਛੇ, ਅਕੈਡਮਿਕ ਤੁਹਾਡਾ ਅੱਛਾ, 60% ਈਚ ਹਰ ਸਬਜੈਕਟ ਦੇ ਹੋਣ ਤਾਂ ਜ਼ਿਆਦਾ ਵਧੀਆ। ਓਵਰਆਲ 60% ਨੋਟ ਲੈਸ ਦੈਨ ਮੀਨਸ ਮੇਜਰ ਸਬਜੈਕਟ। ਜੇ ਤੁਹਾਡਾ ਕੋਈ ਲੈਂਗੁਏਜ ਦੇ ਵਿੱਚ ਤੁਹਾਡਾ ਜ਼ਿਆਦਾ ਆ ਰਿਹਾ ਜਾਂ ਫਿਜ਼ੀਕਲ 'ਚ ਆ ਰਿਹਾ ਉਹ ਅਸੀਂ ਕਾਊਂਟ ਨਹੀਂ ਕਰਾਂਗੇ। ਮੰਨ ਲਓ ਤੁਸੀਂ ਨਾਨ ਮੈਡੀਕਲ ਦੇ ਸਟੂਡੈਂਟ ਹੋ ਤਾਂ ਫਿਜ਼ਿਕਸ, ਕੈਮਿਸਟਰੀ, ਮੈਥ, ਇੰਗਲਿਸ਼ ਇਹ 4 ਸਬਜੈਕਟ 'ਤੇ ਅਸੀਂ ਕਾਊਂਟ ਕਰਾਂਗੇ। ਇੱਦਾਂ ਹੀ ਜੇ ਤੁਸੀਂ ਮੈਡੀਕਲ ਦੇ ਹੋ, ਨਾਨ ਮੈਡੀਕਲ ਦੇ ਆਪਾਂ ਕਾਊਂਟ ਕੀਤੇ, ਮੈਡੀਕਲ ਦੇ ਸਟੂਡੈਂਟ ਹੋ ਤਾਂ ਬਾਇਓ ਦੇ ਨਾਲ ਅਸੀਂ ਕਾਊਂਟ ਕਰਾਂਗੇ। ਇਸ ਕਰਕੇ ਤੁਹਾਡਾ ਜਿਹੜਾ 60% ਓਵਰਆਲ 4 ਸਬਜੈਕਟ 'ਚ ਵਧੀਆ ਬਣਨਾ ਚਾਹੀਦਾ। ਦੈਟ ਮੀਨਸ ਕਿਸੇ 'ਚ 70 ਆ ਗਏ, ਕਿਸੇ 'ਚ 80 ਆ ਗਏ ਜਾਂ ਕਿਸੇ 'ਚ ਘੱਟ ਰਹਿ ਗਏ, ਅਤੇ ਐਵਰੇਜ 60% ਜਾਂ 65, ਬਲਕਿ ਜ਼ਿਆਦਾਤਰ ਯੂਨੀਵਰਸਿਟੀਆਂ ਇਸ ਟਾਈਮ 65% ਲੈ ਰਹੀਆਂ। ਇਹ ਤੁਸੀਂ ਥੰਬ ਰੂਲ ਬਣਾ ਲਓ। ਔਰ ਤੁਹਾਡਾ ਜਿਹੜਾ ਵੀਜ਼ਾ ਦੇ ਵਾਸਤੇ ਕਈ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ, ਪੋਸਟ ਗ੍ਰੈਜੂਏਸ਼ਨ ਦਾ ਸਟੂਡੈਂਟ ਦੈਨ ਵੀ ਵਿਲ ਟਾਕ ਅਬਾਊਟ ਦਾ ਕੋਰਸਿਸ, ਐਂਡ ਇਫ ਯੂ ਆਰ ਈਵਨ ਅੰਡਰ ਗ੍ਰੈਡ ਸਟੂਡੈਂਟ ਵੀ ਵਿਲ ਟਾਕ ਅਬਾਊਟ ਦਾ ਕੋਰਸਿਸ। ਅਸੀਂ ਕੋਰਸਿਸ ਦੀ ਗੱਲਾਂ ਕਰ ਲੈਂਦੇ ਹਾਂ ਕਿਉਂਕਿ ਤੁਹਾਡਾ ਇੱਕ ਕਿਸਮ ਤੋਂ ਜਿੱਦਾਂ ਸਟੂਡੈਂਟ ਦੇ ਨਾਲ ਇੱਕ ਪੇਰੈਂਟਸ ਦਾ ਵੀ ਇਗਜ਼ਾਮ ਹੈ ਆਸਟ੍ਰੇਲੀਆ 'ਚ ਬੱਚੇ ਨੂੰ ਭੇਜਣਾ। ਬਾਕੀ ਕੰਟਰੀਆਂ 'ਚ ਆਪਾਂ ਸਟਰਗਲ ਨਹੀਂ ਕਰ ਰਹੇ, ਪੇਰੈਂਟਸ ਨੂੰ ਕੋਈ ਇੰਨਾ ਸਟ੍ਰੈਸ ਨਹੀਂ, ਨਾ UK ਵਿੱਚ ਹੈ, ਨਾ ਕੈਨੇਡਾ ਦੇ ਵਿੱਚ ਹੈ, ਨਾ ਕੋਈ ਜਰਮਨੀ, ਫਰਾਂਸ ਕਿੱਧਰੇ ਵੀ ਨਹੀਂ ਹੈ। ਆਸਟ੍ਰੇਲੀਆ ਦੇ ਵਿੱਚ ਪੇਰੈਂਟਸ ਦਾ ਵੀ ਇਗਜ਼ਾਮ ਹੈ, ਮੀਨਸ ਪੇਰੈਂਟਸ ਦੀ ਇਨਕਮ ਟੈਕਸ ਰਿਟਰਨ ਵਧੀਆ ਹੋਣੀ ਚਾਹੀਦੀ, ਪੇਰੈਂਟਸ ਦੇ ਫਾਈਨੈਂਸ਼ੀਅਲ ਕੰਡੀਸ਼ਨ ਵਧੀਆ ਹੋਣੀ ਚਾਹੀਦੀ ਹੈ। ਸਟੂਡੈਂਟ ਦਾ ਇਗਜ਼ਾਮ ਕੀ ਹੈ, ਪਲੱਸ ਟੂ ਕੀਤਾ ਤਾਂ 1 year ਤੋਂ ਜ਼ਿਆਦਾ ਗੈਪ ਨਾ ਹੋਏ, ਔਰ ਗ੍ਰੈਜੂਏਸ਼ਨ ਕੀਤੀ ਹੈ ਤਾਂ 3 ਤੋਂ ਜ਼ਿਆਦਾ, ਕੋਈ ਯੂਨੀਵਰਸਿਟੀ 3 ਸਾਲ ਦਾ ਗੈਪ ਲੈਂਦੀ, ਕੋਈ 5 ਸਾਲ ਦਾ ਮੈਕਸੀਮਮ। ਉਹਦੇ ਵਿੱਚ ਵੀ ਜੇ ਗੈਪ ਹੈ ਤਾਂ ਤੁਸੀਂ ਜੇ ਜੋਬ ਕਰ ਰਹੇ ਹੋ, ਸੈਲਰੀ ਸਲਿਪਸ ਤੁਹਾਡੀ ਪ੍ਰੋਪਰ ਹੋਣੀ ਚਾਹੀਦੀ, ਅਕਾਊਂਟ 'ਚ ਸੈਲਰੀ ਆਉਂਦੀ ਹੋਏ ਤੁਹਾਡੀ, ਮਤਲਬ ਸਾਰਾ ਕੁਝ ਪ੍ਰੋਫਾਈਲ ਤੁਹਾਡਾ ਵਧੀਆ ਹੋਏ, ਦੈਨ ਦੇ ਓਨਲੀ ਐਕਸੈਪਟ, ਅਦਰਵਾਈਜ਼ ਦੇ ਵਿਲ ਨਾਟ ਐਕਸੈਪਟ। ਅਤੇ ਇਹ ਸਾਰੀ ਚੀਜ਼ਾਂ ਤੁਸੀਂ ਪੂਰੀ ਕਰ ਰਹੇ ਹੋ ਫਿਰ ਹੀ ਤੁਸੀਂ ਆਸਟ੍ਰੇਲੀਆ ਦਾ ਸੋਚੋ। ਕੋਰਸਿਸ ਤੁਸੀਂ ਸਾਇੰਸ ਰਿਲੇਟਿਡ ਕੋਰਸਿਸ ਲਓ, ਵੀਜ਼ਾ ਦੇ ਚਾਂਸਿਸ ਜ਼ਿਆਦਾ ਹੈ, ਜਾਂ ਬਿਲਕੁਲ ਡਿਫਰੈਂਟ ਜੇ ਕੋਰਸਿਸ ਤੁਸੀਂ ਹੁਣ, ਅਤੇ ਆਸਟ੍ਰੇਲੀਅਨ ਗੌਰਮੈਂਟ ਨੇ ਵੀ ਕਹਿਤਾ ਜਦ ਤੁਹਾਨੂੰ ਆਸਟ੍ਰੇਲੀਆ ਵਿੱਚ ਜੋਬ ਮਿਲਦੀ ਹੈ ਤੁਸੀਂ ਲਿਖ ਸਕਦੇ ਹੋ SOP ਦੇ ਵਿੱਚ, ਕਿ ਹੁਣ ਤਾਂ SOP ਵੀ ਖਤਮ ਹੋ ਗਈ, ਜਿਹੜੇ 4 ਕੁਸ਼ਚਨ ਆ ਫੋਰਮ ਦੇ ਵਿੱਚ ਉਹ ਲਿਖਣੇ ਆ
कि तुहानूं जो जॉब अपॉर्चुनिटी मिलती है तो यू कैन थिंक टू सर्च द जॉब, तो ये थोड़ा जा ईजी करता है। बट किसी भी कंट्री जब आप जा रहे हैं उन्होंने रिक्वायरमेंट देख के अप्लाई करो, फिर थोड़ा निराशा नहीं होगी। जी ठीक है बिल्कुल। तो मैम जुलाई इनटेक की गल कर लीए तो स्टूडेंट जड़े हले क्योंकि सवाल साढ़े को इस तरह के आ रहे हैं जोड़े स्टूडेंट हले प्लस टू कर रहे हैं वो पूछ रहे हैं कि असी कुछ उस तरह की तैयारी कर सकते हैं या अगों असी अप्लाई करना तो हमने तो असी किस तरह की तैयारी रखी ऑस्ट्रेलिया अप्लाई करन दे लई। 23 पास आउट स्टूडेंट को लास्ट टाइम है प्लस टू वाले वास्ते, ग्रेजुएशन वाले तो 3 to 5 साल का उन्होंने को टाइम होंगे, उन्होंने वास्ते कोई प्रॉब्लम नहीं है। जुलाई इनटेक है और जोड़े स्टूडेंट्स का हूँ रिजल्ट आने वाला है वो जो प्रडिक्टिड मार्कशीट लैके उन्हें अप्लाई कर लैन, नहीं तो जुलाई इनटेक इन्होंने मिलना मुश्किल हो जाएगा। नैविगेटर तो एक फैसिलिटी दिता कि जब तुम साढ़े थ्रू अप्लाई कर रहे हो और आइल्स पीटी टोफल नहीं किया हो असी विदाउट टेकिंग एनी चार्जिज टोटल फ्री ऑफ फ्री ऑफ कॉस्ट असी तुहानूं लैंग्वेज कोर्स भी कराने, वी डोंट चार्ज इवन ए सिंगल पैनी फ्रॉम यू। तो तुसी जद भी या तुसी कीता होया तो असी वीज़ा दे बाद तुहानूं कोचिंग फीस भी तुहानूं वापस कर देने, तो ये तुहानूं एक फैसिलिटी असी देने। जी जी ठीक है बिल्कुल। सो देखो नैविगेटर्स ओवरसीज़ वालों हमेशा ही कोशिश की जाती है कि स्टूडेंट को चंगी ऑप्शनस दी जाए ना चंगी सर्विसिज भी नैविगेटर्स ओवरसीज़ वालों दी जा। सो ऑस्ट्रेलिया स्टडी वीज़ा को लेकर कोई भी सवाल है 23 पास आउट स्टूडेंट या फिर जो हूँ स्टूडेंट प्लस टू कर रहा है अगर उसने अप्लाई करना है तो तुम जो नंबर डिस्प्ले है इस उपर कॉल करो पूरी इनफॉर्मेशन लो। बहुत बहुत थैंक्स मैम, हर बार की तरह तुम अज भी बहुत चंगे पॉइंट्स और चंगी गलों स्टूडेंट्स को गाइड किया अवेयर किया ता कि स्टूडेंट सही रस्ते पर चलद होस्ट्रे स्टडी वीजा लिए अप्लाई करे तो अपना वीजा भी हासिल करे। अगों भी असं इस तरह होर इनफॉर्मेटिव वीडियोज़ लैके आते रहेंगे। फिलहाल ही दो जी इजाजत, थैंक यू सो मच। थैंक यू।